वाहिगुरु जी का खालसा वाहिगुरु जी की फतेह। प्यारी साध संगत जी, तुसीं वेख रहे हो कथा गुरबाणी विचार। सब तो पहला तुसीं चैनल नूं सबसक्राइब कर लवो अते नाल ही बैल आइकन जरूर दबा लवो ताकि हर एक वीडियो की अपडेट तुहाडे तक पहुँच सके। अते नाल ही जेकर तुहानूं इह वीडियो चंगी लगी तां इसनूं लाइक अते शेयर जरूर करियो। प्यारी साध संगत जी, जदों घरों बाहर गए ਤਾਂ ਘਰ ਵਾਪਸ ਆ ਕੇ ਰਾਤ ਨੂੰ ਕੀਰਤਨ ਸੋਹਲਾ ਸਾਹਿਬ ਦਾ ਪਾਠ ਜ਼ਰੂਰ ਕਰੀਏ। ਇਹ ਗੱਲਾਂ ਦਾ ਆਪਾਂ ਨੂੰ ਨਹੀਂ ਸੀ ਪਤਾ ਕਿ ਇਸ ਪਾਠ ਨੂੰ ਸੋਹਲਾ ਸਾਹਿਬ ਕਿਉਂ ਕਹਿਣ ਲੱਗ ਪਏ। ਇਹ ਗੁਰੂ ਅਰਜਨ ਦੇਵ ਜੀ ਦੇ ਵੇਲੇ ਜਦ ਸੋਹਲਾ ਸਾਹਿਬ ਦਾ ਪਾਠ ਕਰਦੇ ਹੁੰਦੇ ਤਾਂ ਮਹਾਰਾਜ ਕਹਿੰਦੇ ਇੱਕ ਦਿਨ, ਭਾਈ ਜਿਹੜੇ ਇਹ ਸ਼ਬਦ ਨੇ ਗਾਇਨ ਕਰਿਆ ਕਰੋ, ਗਾ ਕੇ ਪੜ੍ਹਿਆ ਕਰੋ। ਪੰਜ ਹੀ ਸ਼ਬਦ ਨੇ, ਇੱਕ ਚੌਂਕੀ ਬਣ ਜਾਂਦੀ ਹੈ ਪੂਰੀ। 20-20 ਮਿੰਟ ਦੇ ਸ਼ਬਦ ਹੋ ਗਏ ਬਸ, 10-10 ਮਿੰਟ ਦੇ ਪੜ੍ਹ ਲਓ। ਤੁਸੀਂ ਵੀ ਰਾਤ ਨੂੰ ਕੀਰਤਨ ਸੋਹਲਾ ਸਾਹਿਬ ਗਾ ਕੇ ਹੀ ਪੜ੍ਹਿਆ ਕਰੋ। ਚਾਰ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹੇ ਸੀ, ਆਪਣੀਆਂ ਪੋਥੀਆਂ ਵਿੱਚ ਵੀ ਲਿਖੇ ਹੋਏ ਨੇ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ ਤਾਤੀ ਵਾਹੁ ਨਾ ਲੱਗਈ। ਸਲੋਕ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਸਲੋਕ ਮਹੱਲਾ ਪੰਜਵਾਂ, ਮਨ ਮੈਂ ਚਿਤਵੋ ਚਿਤਵਣੀ, ਉੱਦਮ ਕਰੋ ਅਰਨੀਤ। ਇਹ ਚਾਰ ਸ਼ਬਦ ਅਤੇ ਪੰਜ ਸ਼ਬਦ ਸੋਹਲੇ ਦੇ ਅਤੇ 10ਵੀਂ ਅਰਦਾਸ ਕਰਨੀ ਹੈ। ਜਿਹੜੇ ਅਭਿਆਸੀ ਸੁਣ ਰਹੇ ਨੇ, ਜਿਹੜੇ ਚੰਗੀਆਂ ਬਿਰਤੀਆਂ ਲਾਉਣ ਵਾਲੇ ਨੇ, ਸਮਾਧੀ ਲਾਉਣ ਵਾਲੇ ਨੇ, ਜਦੋਂ ਇਹੋ ਜਿਹੇ ਗੁਰਮੁਖ ਆਪਸ ਵਿੱਚ ਮਿਲਦੇ ਨੇ, ਵਿਚਾਰ ਕਰਦੇ ਨੇ, ਤਾਂ ਗੁਰਬਾਣੀ ਦੀ ਡੂੰਘਾਈ ਵਿੱਚ ਚਲੇ ਜਾਂਦੇ ਨੇ। ਇਸੇ ਤਰ੍ਹਾਂ ਇੱਕ ਵਾਰ ਇੱਕ ਅਭਿਆਸੀ ਕਿਸੇ ਮਹਾਂਪੁਰਖ ਨੂੰ ਮਿਲੇ ਅਤੇ ਕਹਿੰਦੇ ਇਹ ਕਿਸੇ ਉੱਤੇ ਗਲਤ ਜਿਹਾ ਪਹਿਰਾ ਹੋ ਗਿਆ ਹੈ ਅਤੇ ਉਹਦਾ ਕੀ ਕਰੀਏ। ਉਹ ਅਭਿਆਸੀ ਸਿੰਘ ਸੀ, ਬਹੁਤ ਤਕੜੇ। ਕਹਿੰਦੇ ਸੋਹਲਾ ਸਾਹਿਬ ਨਾਲ ਸ਼ਹੀਦਾਂ ਦਾ ਪਹਿਰਾ ਹੁੰਦਾ। ਮਹਾਂਪੁਰਖ ਕਹਿੰਦੇ ਹਾਂਜੀ ਹੁੰਦਾ। ਕਹਿੰਦੇ ਨੋਰਮਲ ਬੰਦੇ ਲਈ ਇੱਕ ਸੋਹਲਾ ਸਾਹਿਬ ਠੀਕ ਹੈ, ਜਿਨ੍ਹਾਂ 'ਤੇ ਮਾੜੇ ਪਹਿਰੇ ਚੱਲਦੇ ਨੇ ਉਹ ਪੰਜ ਸੋਹਲਾ ਸਾਹਿਬ ਕਰਕੇ ਸੌਣ, ਉਹਦੇ 'ਤੇ ਦਿਨੇ ਵੀ ਪਹਿਰਾ ਰਹੂਗਾ। ਇਸ ਲਈ ਇਹ ਪਾਠ ਕਰਨਾ ਬੜਾ ਜ਼ਰੂਰੀ ਹੈ। ਇਹ ਸਾਡੇ ਸੁੱਤਿਆਂ ਪਿਆਂ ਦੀ ਵੀ ਰੱਖਿਆ ਕਰਦਾ ਹੈ ਅਤੇ ਨਾਲ ਨਾਲ ਸਾਡੇ ਪਰਿਵਾਰ ਦੀ ਵੀ ਰੱਖਿਆ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।